ਉੱਥੇ ਜਦੋਂ ਉਲਟ ਟੂਲ ਦਿਖਾਉਂਦੇ ਸੀ ਉੱਥੇ ਫਾਰਮ ਦੇ ਵਿੱਚ ਕੋਈ ਆਏ ਹੋਏ ਸੀਗੇ, ਉਹ ਆਪਣਾ ਗਿਟਾਰ ਵਜਾ ਰਹੇ ਸੀ, ਮਿਊਜ਼ਿਕ ਦੇ ਰਹੇ ਸੀਗੇ, ਤਾਂ ਕਰਕੇ ਵੋਇਸ ਓਵਰ ਕੀਤੀ ਹੈ ਮੈਂ ਅਗਲੀ ਵੀਡੀਓ 'ਚ। ਜੀ ਵੈਲਕਮ ਤੁਹਾਡਾ। ਹਾਂਜੀ, ਆਹ ਸਾਰਾ ਉੱਥੇ ਕਿੰਨੇ ਤਰ੍ਹਾਂ ਦੀਆਂ ਸਟਾਲਾਂ ਵੀ ਲੱਗੀਆਂ ਹੋਈਆਂ ਸੀਗੀਆਂ ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ। ਆਹ ਉੱਥੇ ਜਿਹੜੀ ਮਸ਼ੀਨ ਸੀ, ਹਾਂਜੀ ਅਸੀਂ ਇਹ ਫਾਰਮ 'ਚ ਗਏ ਸੀਗੇ ਕਿਸੇ 'ਚ, ਅਤੇ ਉੱਥੇ ਮਸ਼ੀਨ ਸੀਗੀ ਇਹਦੇ ਨਾਲ ਪਹਿਲਾਂ 1840 ਦੇ ਟਾਈਮ ਦੀ ਇਹ ਮਸ਼ੀਨ ਆਈ। ਇਹਦੇ ਨਾਲ ਐਪਲ ਜੂਸ ਕੱਢਦੇ ਹੁੰਦੇ ਸੀ ਪਹਿਲਾਂ, ਉਹ ਸਾਨੂੰ ਸਮਝਾਉਂਦੇ ਸੀ, ਉੱਪਰੋਂ ਐਪਲ ਪਾ ਦਿੰਦੇ ਸੀ ਅਤੇ ਇਹਨੂੰ ਘੁਮਾਉਣਾ ਪੈਂਦਾ ਸੀ ਹੈਂਡਲ ਨੂੰ ਹੀ, ਘੁਮਾ ਕੇ ਹੈਂਡਲ ਅਤੇ ਉਹ ਥੱਲੇ ਕਰੱਸ਼ ਹੋ ਕੇ ਆਈ ਜਾਂਦਾ ਸੀਗਾ ਉਹਦਾ ਜੂਸ ਐਪਲ ਦਾ। ਉਹ ਸਾਨੂੰ ਦੱਸਦੇ ਸੀਗੇ ਵੀ ਕਿਵੇਂ ਇਹ ਜੂਸ ਕਰਦੇ ਸੀ ਪਹਿਲਾਂ 1840 ਦੇ ਵਿੱਚ। ਇਹ ਉਦੋਂ ਦੀ ਮਸ਼ੀਨ ਆਈ, ਇੰਨੀ ਓਲਡ ਉਹ ਰੱਖੀ ਹੋਈ ਸੀ ਉਹਨਾਂ ਨੇ। ਇੱਦਾਂ ਐਗਜੀਬਿਸ਼ਨ 'ਚ ਸਾਰਿਆਂ ਨੂੰ ਦੱਸਦੇ ਸੀਗੇ ਵੀ ਪਹਿਲਾਂ ਇੱਦਾਂ ਯੂਜ਼ ਹੁੰਦੀਆਂ ਸੀ, ਆਹ ਜਿੱਦਾਂ ਹੁਣ ਇਹ ਘੁਮਾਉਣ ਲੱਗੇ ਆ ਇੱਦਾਂ ਹੈਂਡਲ ਘੁਮਾਈ ਜਾਣਾ ਜੀ, ਉੱਪਰ ਜਿਹੜਾ ਉਹ ਆ ਉਹਦੇ ਵਿੱਚ ਐਪਲ ਪਾਈ ਜਾਣੇ, ਉਹ ਕਰੱਸ਼ ਹੋ ਕੇ ਥੱਲੇ ਜਾਈ ਜਾਂਦੇ ਆ। ਅਤੇ ਫਿਰ ਬਾਅਦ ਵਿੱਚ ਜਦੋਂ ਇਹਨੂੰ ਕਰਤਾ ਜੀ, ਉਹ ਜਿਹੜਾ ਕੰਟੇਨਰ ਆ ਥੱਲੇ ਉਹਨੂੰ ਮੂਵ ਕਰ ਲੈਂਦੇ ਸੀ, ਅਤੇ ਫਿਰ ਉਹਨੂੰ ਉੱਪਰੋਂ ਆ ਜਿਹੜਾ ਉੱਪਰ ਧੰਦੀ ਦਾ ਮਸ਼ੀਨ ਫਿਰ ਘੁਮਾਉਣੀ ਪੈਂਦੀ, ਉਹ ਤੋਂ ਜੂਸ ਕਰੱਸ਼ ਹੋ ਕੇ ਥੱਲੇ ਆਉਂਦਾ ਜੀ। ਇਹ ਹੁਣ ਇਹਨੂੰ ਜਦੋਂ ਕਰਤਾ ਜੀ, ਉਹਨੂੰ ਕੱਟ ਕੇ ਥੱਲੇ ਮੂਵ ਕਰ ਲੈਂਦੇ ਆ, ਤੁਸੀਂ ਦੇਖ ਸਕਦੇ ਹੋ। ਉਹ ਸਾਨੂੰ ਮਤਲਬ ਐਕਸਪਲੇਨ ਕਰ ਰਹੇ ਸੀ ਵੀ ਕਿੱਦਾਂ ਪਹਿਲਾਂ ਜੂਸ ਕੱਢਦੇ ਸੀਗੇ, ਕਿੱਦਾਂ ਜੂਸ ਕਰਦੇ ਸੀ ਮਸ਼ੀਨ ਨਾਲ। ਇੱਥੇ ਪਹਿਲਾਂ ਵੀ ਜਿਹੜੇ ਤੁਹਾਨੂੰ ਦਿਖਾਏ ਉਹ ਵੀ ਬਹੁਤ ਓਲਡ ਸੰਦ, ਵੀ ਪਹਿਲਾਂ ਕਿਵੇਂ ਅਮੈਰੀਕਾ ਦੇ ਵਿੱਚ ਯੂਜ ਕਰਦੇ ਸੀਗੇ ਔਜ਼ਾਰ ਸਾਰੇ ਉਹ ਦੱਸਿਆ। ਦੇਖੋ ਹੁਣ ਇਹਨੇ ਇਹਨੂੰ ਮੂਵ ਕਰਨਾ ਹੈ, ਇਹਦੇ ਵਿੱਚ ਕਰੱਸ਼ ਹੋ ਕੇ ਐਪਲ ਆ ਗਏ ਉੱਪਰੋਂ ਪਾਏ ਸੀ ਜਿਹੜੇ, ਅਤੇ ਹੁਣ ਇੱਥੇ ਫਿਰ ਉੱਪਰੋਂ ਹੈਂਡਲ ਨੂੰ ਘੁਮਾਈ ਜਾਣਾ, ਉਹਨੇ ਥੱਲੇ ਆ ਕੇ ਜਿਹੜਾ ਕਰੱਸ਼ ਕਰਕੇ ਜੂਸ ਕੱਢੀ ਜਾਣਾ। ਉਹਨੂੰ ਪ੍ਰੈਸ ਹੋਈ ਜਾਣਾ, ਪ੍ਰੈਸ ਹੋ ਕੇ ਉਹ 'ਚੋਂ ਜੂਸ ਆਈ ਜਾਣਾ ਹੈ। ਉਹ ਕਹਿੰਦੇ ਸੀ ਵੀ ਜੇ ਤੁਸੀਂ ਆਪ ਵੀ ਘੁਮਾਉਣਾ ਉੱਪਰੋਂ ਹੈਂਡਲ ਘੁਮਾ ਸਕਦੇ ਹੋ ਅਤੇ ਦੇਖ ਸਕਦੇ ਹੋ। ਇਹ ਹੁਣ ਘੁਮਾਉਣ ਲੱਗੇ ਆ ਹੈਪੀ, ਅਤੇ ਉਹ ਦੇਖੋ ਜੀ ਥੱਲੇ ਨੂੰ ਆ ਰਹੇ ਆ, ਉਹ ਪ੍ਰੈਸਰ ਆ ਜਿਹੜਾ ਉਹਦੇ ਨਾਲ ਫਿਰ ਥੱਲੇ ਪ੍ਰੈਸ ਹੋਈ ਜਾਣਾ ਜੀ ਐਪਲ, ਅਤੇ ਉਹ 'ਚੋਂ ਜੂਸ ਨਿਕਲੀ ਜਾਣਾ। ਥੱਲੇ ਬਕਟ ਰੱਖੀ ਹੈ, ਬਕਟ ਦੇ ਵਿੱਚ ਜੂਸ ਸਾਰਾ ਪ੍ਰੈਸ ਹੋ ਕੇ ਆ ਜਾਣਾ ਹੈ। ਹਾਂਜੀ, ਆ ਉੱਥੇ ਖੇਡਣ ਨੂੰ ਵੀ ਸੀਗੇ ਜੀ, ਨਿਆਣਿਆਂ ਦੇ ਖੇਡਣ ਲੱਗੇ ਹੋਏ ਸੀ ਪਾਰਕ ਦੇ ਵਿੱਚ।
ਤੋਂ ਬਾਅਦ ਉੱਥੇ ਹੋਰ ਉਹ ਪਰਾਲੀ ਦਾ ਉਹਨੇ ਬਣਾਏ ਹੋਏ ਸੀਗੇ ਭੂਲ ਭੁਲੱਈਆ ਜਿਹਾ, ਉਹਦੇ ਵਿੱਚ ਵੀ ਲੱਭੋ, ਨਿਆਣੇ ਉਹਦੇ ਵਿੱਚ ਖੇਡਣ ਲੱਗੇ ਹੋਏ ਸੀ। ਉਹ ਦੱਸੇ ਹੋਏ ਸੀਗੀਆਂ ਡਾਇਰੈਕਸ਼ਨਾਂ ਵੀ ਤੁਸੀਂ ਇੱਧਰ ਨੂੰ ਜਾਣਾ ਇੱਧਰ ਨੂੰ ਜਾਣਾ। ਉਸ ਤੋਂ ਬਾਅਦ ਜੀ ਫਿਰ ਟਰਾਲੀ ਦੀਆਂ ਰਾਈਡਾਂ ਵੀ ਸੀ, ਬਹੁਤ ਘੋੜਿਆਂ ਦੇ ਤਬੇਲੇ, ਹੋਰ ਕਿੰਨਾ ਹੀ ਕੁਛ ਸੀਗਾ ਜੀ। ਉਸ ਤੋਂ ਬਾਅਦ ਫਿਰ ਟਰਾਲੀ ਚੜ੍ਹ ਕੇ ਉੱਥੇ ਸਟ੍ਰਾਬੇਰੀਆਂ ਦਾ ਖੇਤ ਸੀਗਾ ਜੀ, ਉਹ ਦਿਖਾਉਂਦੇ ਸੀ। ਟਰੈਕਟਰ ਟਰਾਲੀ ਪਾਈਆਂ ਹੋਈਆਂ ਸੀਗੀਆਂ ਜੀ, ਉਹਦੇ ਵਿੱਚ ਲੈ ਕੇ ਜਾਂਦੇ ਅਤੇ ਖੇਤ ਘੁੰਮਾਉਂਦੇ ਸੀਗੇ ਸਾਰਾ। ਇਹ ਬਾਹਰ ਤੁਹਾਨੂੰ ਦਿਖਾ ਰਹੇ ਵੀ ਅਮੈਰੀਕਾ ਦੇ ਵਿੱਚ ਖੇਤ ਇੱਦਾਂ ਹੁੰਦੇ ਆ, ਅਤੇ ਇੱਦਾਂ ਉਹ ਸਟ੍ਰਾਬੇਰੀਆਂ ਦੀ ਖੇਤੀ ਹੁੰਦੀ ਹੈ ਜਦੋਂ ਗਾਹਾਂ ਤੁਸੀਂ ਦੇਖੋਗੇ। ਇਹ ਸਾਰੇ ਉੱਥੇ ਕਾਫੀ ਘੱਟ ਸੀਗਾ ਜੀ ਆਏ ਹੋਏ ਸੀ। ਚਲੋ ਹੁਣ ਕਰ ਲਓ ਪਲੇ ਜੋ ਵੀ ਇਹਦੇ ਵਿੱਚ ਕੰਨ ਖੜੋ। ਅੱਛਾ ਪਪੂ ਉੱਧਰ ਖੇਡਣਾ ਸੀਗਾ, ਉੱਧਰ ਖੇਡਣਾ ਸੀ, ਖੇਡ ਲਾ ਫਿਰ। ਇੰਜੋਏ ਵਿਦ ਬੀਰਿੰਗ ਮਾਸਕ। ਆ ਉੱਥੇ ਟਰਾਲੀ ਸੀਗੀ, ਟਰੈਕਟਰ ਟਰਾਲੀ, ਟਰਾਲੀ ਦੇ ਵਿੱਚ ਬੈਠ ਕੇ ਘੁੰਮਾਉਣ ਨੂੰ ਬਣਿਆ ਹੋਇਆ ਸੀਗਾ ਜੀ, ਉੱਚਾ ਬਹੁਤ ਸੀ, ਮੰਮੀ ਤੋਂ ਮਸਾਂ ਚੜਿਆ ਗਿਆ ਜੀ। ਅਤੇ ਫਿਰ ਉਹਦੇ ਵਿੱਚ ਬੈਠ ਕੇ ਹਲੋਰੇ ਵੀ ਬਹੁਤ ਪੈਂਦੇ ਸੀਗੇ, ਅਤੇ ਉਹ ਸਾਰਿਆਂ ਨੂੰ ਅੱਡ ਅੱਡ ਘੁੰਮਾ ਕੇ ਲੈ ਕੇ ਜਾਂਦੇ ਸੀਗੇ। ਪੂਰਾ ਜਿਹੜਾ ਖੇਤ ਲਾਏ ਹੋਏ ਸੀਗੇ, ਪੂਰੇ ਖੇਤ ਦੇ ਉਹ ਵਾਕ ਕਰਾਉਂਦੇ ਸੀਗੇ ਟਰੈਕਟਰ ਟਰਾਲੀ ਦੇ ਵਿੱਚ, ਅਤੇ ਕੁੜੀ ਚਲਾ ਰਹੀ ਸੀਗੀ ਕੋਈ, ਅਤੇ ਨਾਲ ਆ ਸਾਰੇ ਖੇਤ ਦੀ ਸੈਰ ਕਰਾਉਂਦੇ। ਅਤੇ ਪੰਪਕਿਨ ਵੀ ਲੱਗੇ ਹੋਏ ਸੀਗੇ, ਪੰਪਕਿਨ ਦਾ ਵੀ ਖੇਤ ਆ ਸੀਗਾ, ਨਾਲ ਹੀ ਸਟ੍ਰਾਬੇਰੀਆਂ ਸੀਗੀਆਂ, ਅਤੇ ਤੁਸੀਂ ਪੰਪਕਿਨ ਵੀ ਤੋੜ ਸਕਦੇ ਹੋ ਜਿੱਦਾਂ ਮੇਲੇ ਵਾਂਗੂ ਸੀਗਾ ਜੀ। ਇੱਧਰ ਰਾਈਡਾਂ ਰੂਈਡਾਂ ਵੀ ਸੀਗੀਆਂ ਨਿਆਣਿਆਂ ਦੀਆਂ ਬਹੁਤ, ਆ ਦੇਖੋ ਪੰਪਕਿਨ ਲੱਗਿਆ, ਪੁਰਾਣਾ ਬਹੁਤ ਟਰੈਕਟਰ ਖੜ੍ਹਾ ਸੀਗਾ ਉਹਨਾਂ ਦੇ। ਅਤੇ ਉਦੋਂ ਮਾਸਕ ਲੈਣੇ ਜ਼ਰੂਰੀ ਸੀ, ਸਾਰਿਆਂ ਨੂੰ ਮਾਸਕ ਪਾਉਣੇ ਪੈਂਦੇ ਆ ਬਾਹਰ। ਅਤੇ ਤੁਸੀਂ ਖੇਤ ਦੇ ਵਿੱਚ ਜਾ ਕੇ ਆਪ ਸਟ੍ਰਾਬੇਰੀਆਂ ਵੀ ਤੋੜ ਸਕਦੇ ਹੋ ਜੀ, ਅਤੇ ਪੰਪਕਿਨ ਵੀ ਆਪਣੀ ਮਰਜ਼ੀ ਨਾਲ ਤੋੜ ਕੇ ਲਿਆ ਸਕਦੇ ਹੋ। ਸਾਰੇ ਆਹ ਉਹਨਾਂ ਦੇ ਜਿਹੜੇ ਮੱਕੀਆਂ ਦੇ ਬੂਝੇ ਜਿਹੇ ਹੁੰਦੇ ਆ ਵੀ ਉਹ ਵੀ ਲਾਏ ਹੋਏ ਸੀਗੇ, ਆ ਪੰਪਕਿਨ ਪਏ ਨੇ। ਇੱਥੋਂ ਟਰੈਕਟਰ ਟਰਾਲੀਆਂ ਚਲਾਉਂਦੇ ਆ ਜੀ ਦੋ ਸੀਗੀਆਂ, ਅਤੇ ਪੂਰਾ ਖੇਤ ਤੁਹਾਨੂੰ ਘੁੰਮਾਉਂਦੇ ਆ, ਤੁਸੀਂ ਵੀ ਘੁੰਮੋ ਜੀ ਸਾਡੇ ਨਾਲ। ਇਹ ਵੋਇਸ ਓਵਰ ਮੈਂ ਤਾਂ ਕੀਤੀ ਵੀ ਉਹ 'ਚ ਕੋਈ ਸਮਝ ਨਹੀਂ ਆਉਂਦੀ ਸੀਗੀ, ਉਹ 'ਚ ਐਕਸਪਲੇਨ ਨਹੀਂ ਕੀਤਾ ਸੀ ਵੀ ਆਪਾਂ ਕੀ ਕਰ ਰਹੇ ਹਾਂ। ਇਹ ਮੇਲਾ ਲੱਗਿਆ ਹੋਇਆ ਸੀ, ਸਾਰਾ ਨਿਆਣਿਆਂ ਦੀਆਂ ਗੇਮਾਂ ਗੁੰਮਾਂ ਸੀਗੀਆਂ ਸਾਰੀਆਂ ਖੇਡਣ ਨੂੰ, ਨਿਆਣਿਆਂ ਦੇ ਪਲੇ ਕਰਨ ਨੂੰ। ਇੱਥੇ ਲੱਗਦੇ ਰਹਿੰਦੇ ਆ ਗਰਮੀਆਂ ਦੇ ਵਿੱਚ ਮੇਲੇ, ਅਤੇ ਖੇਤਾਂ ਦੇ ਵਿੱਚ ਬਾਹਰ ਤੁਸੀਂ ਜਾ ਕੇ ਘੁੰਮ ਸਕਦੇ ਹੋ ਜੀ। ਆਹ ਦੇਖੋ, ਆਹ ਨਾਲ ਹੀ ਸੜਕ ਜਾਂਦੀ ਹੈ ਜੀ, ਨਾਲ ਹੀ ਖੇਤ ਆ, ਅਤੇ ਪਰਲੇ ਪਾਸੇ ਵੀ ਕੋਈ ਖੇਤ ਆ, ਇਹ ਵਿਚਾਲੇ ਸੜਕ ਜਾਂਦੀ ਆ। ਆਪਾਂ ਟਰਾਲੀ ਦੇ ਵਿੱਚ ਬੈਠੇ ਜਾਂਦੇ ਹਾਂ, ਦੋ ਟਰਾਲੀਆਂ ਪਾਈਆਂ ਹੋਈਆਂ ਸੀਗੀਆਂ, ਆਹ ਨਾਲ ਸੜਕ ਆ ਅਤੇ ਉਹ ਪਰਲੇ ਪਾਸੇ ਵੀ ਕੋਈ ਖੇਤ ਆ ਜੀ। ਇੱਥੇ ਅਮੈਰੀਕਾ ਦੇ ਵਿੱਚ ਵੀ ਇੱਦਾਂ ਹੀ ਹੁੰਦਾ ਜੀ, ਬੱਚਿਆਂ ਨੂੰ ਖੇਤਾਂ ਦੇ ਵਿੱਚ ਜਾਣ ਦਿੰਦੇ ਆ ਆਪਾਂ ਨੂੰ ਵੀ, ਜੇ ਉੱਥੇ ਮਤਲਬ ਵੀ ਬੱਚੇ ਜਾਣ ਸਕਣ ਇੱਧਰਲੇ ਕਿੱਦਾਂ ਬਈ। ਅਤੇ ਆਹ ਜਿੱਦਾਂ ਆਪਣੇ ਉੱਥੇ ਇੰਡੀਆ ਵੀ ਹੁੰਦੀਆਂ ਜੀ, ਪਹੀਆਂ ਬਣੀਆਂ ਹੁੰਦੀਆਂ ਤੁਰਨ ਨੂੰ, ਆ ਉਵੇਂ ਹੀ ਰਸਤਾ ਇੱਥੋਂ ਦੀ ਟਰੈਕਟਰ ਟਰਾਲੀ ਜਾਂਦਾ ਜੀ। ਸੇਮ ਇੰਡੀਆ ਵਾਲੀ ਫੀਲਿੰਗ ਆਉਂਦੀ ਸੀ ਇੱਥੇ। ਆਹ ਖੇਤ ਆ ਜੀ ਸਾਰਾ, ਆਪਦੇ ਪੰਪਕਿਨ ਆਪਾਂ ਤੋੜ ਕੇ ਲਿਆਉਂਦੇ ਆ ਜੀ, ਦੋ ਉੱਥੇ ਖੇਤ ਚੁੱਤਰੇ ਸੀਗੇ ਅਤੇ ਉੱਥੋਂ ਪੰਪਕਿਨ ਵਾਲੇ ਦੋ, ਆਹ ਨਾਲ ਪੰਪਕਿਨ ਦਾ ਖੇਤ ਹੈ ਜੀ, ਅਤੇ ਨਾਲ ਹੀ ਉੱਥੇ ਸਟ੍ਰਾਬੇਰੀ ਖੇਤ ਸੀਗਾ। ਤੁਸੀਂ ਆਪਣੀ ਮਰਜ਼ੀ ਨਾਲ ਜਿੱਦਾਂ ਦਾ ਵੀ ਪੰਪਕਿਨ ਲੈ ਸਕਦੇ ਹੋ ਅਤੇ ਸਟ੍ਰਾਬੇਰੀ ਨਾਲ ਤੋੜ ਸਕਦੇ ਹੋ, ਤੁਹਾਨੂੰ ਦੇ ਦਿੰਦੇ ਆ ਬੱਲੇ ਤੁਹਾਨੂੰ। ਸਾਰਾ ਉੱਪਰ ਜੀ ਆਪਾਂ ਘੁੰਮ ਲੈਂਦੇ ਹਾਂ,
ਘਰ ਵੀ ਬਹੁਤ ਸੀਗੇ ਜੀ ਨਾਲ ਸਾਈਡ ਤੇ। ਇੱਥੇ ਵੀ ਜਿਵੇਂ ਆਪਾਂ ਇੰਡੀਆ ਖੇਤਾਂ 'ਚ ਕਈਆਂ ਦੇ ਘਰ ਹੁੰਦੇ ਜੀ, ਇੱਥੇ ਵੀ ਇੱਦਾਂ ਅਮਰੀਕਾ ਦੇ ਵਿੱਚ ਵੀ ਕਈ ਲੋਕ ਖੇਤਾਂ 'ਚ ਰਹਿੰਦੇ ਖੇਤੀ ਕਰਦੇ ਆ। ਅਤੇ ਉਹ ਵੀਡੀਓ ਬਹੁਤ ਟਰਾਲੀ ਹੈਲਦੀ ਬਹੁਤ ਸੀ, ਹਲੂਰੇ ਜਿਹੇ ਬਹੁਤ ਆਉਂਦੇ ਸੀ ਨਾ ਬਣੀ ਸਟ੍ਰੋਬੇਰੀ ਆਪਣੀ ਮਰਜ਼ੀ ਨਾਲ ਪਿਕ ਕਰ ਸਕਦੇ ਹੋ। ਤੁਹਾਨੂੰ ਵੇਟ ਕਰਕੇ ਤਾਜ਼ੀਆਂ ਸਟ੍ਰੋਬੇਰੀਆਂ ਦੇ ਦਿੰਦੇ ਆ। ਸਾਰਾ ਸਟ੍ਰੋਬੇਰੀ ਦਾ ਫਾਰਮ ਆ। ਇੱਥੇ ਤੁਹਾਨੂੰ ਉਤਾਰ ਦਿੰਦੀ ਹੈ ਇੱਕ ਟਰਾਲੀ, ਫਿਰ ਥੋੜ੍ਹੇ ਟਾਈਮ ਬਾਅਦ 10-15 ਮਿੰਟ ਬਾਅਦ ਦੂਜੀ ਟਰਾਲੀ ਆਉਂਦੀ ਅਤੇ ਤੁਹਾਨੂੰ ਲੈ ਜਾਂਦੇ ਆ ਉਹ। ਤੁਸੀਂ ਜਦ ਤੱਕ ਆਪਣਾ ਪਿੱਕ ਕਰ ਸਕਦੇ ਹੋ ਜਿੰਨਾ ਟਾਈਮ ਤੁਸੀਂ ਚਾਹੋ। ਇੱਦਾਂ ਹੁੰਦਾ ਜੀ, ਇਹ ਵੀ ਤੁਹਾਨੂੰ ਦਿਖਾਵਾਂਗੇ ਕਿੱਦਾਂ ਪਿੱਕ ਕਰਦੇ ਹੋ ਕਿਸੇ ਹੋਰ ਵੀਡੀਓ ਦੇ ਵਿੱਚ। ਬਸ ਹੁਣ ਜੀ ਆ ਉੱਥੇ ਜਾ ਕੇ ਇਹਨਾਂ ਨੇ ਇਹ ਖੇਤਾਂ ਦੇ ਵਿੱਚ ਹੀ ਔਰਗੇਨਾਈਜ਼ ਕਰਦੇ ਆ, ਮੇਲੇ ਉੱਥੇ ਲਾ ਦਿੰਦੇ ਆ। ਦੇਖੋ ਸਾਰੀਆਂ ਦਿਖਾਉਂਦੇ ਆ ਵੀ ਕਿੱਦਾਂ ਲੱਗਦੇ ਆ, ਉਹ ਨਾਲ ਸੜਕ ਜਾਂਦੇ ਆ। ਕਾਫੀ ਘੱਟ ਸੀਗਾ, ਲੋਕ ਕਾਫੀ ਦੇਖਣ ਆਏ ਹੋਏ ਸੀਗੇ, ਕਿਉਂ ਇੱਧਰ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਇੱਧਰਲਿਆਂ ਨੇ ਵੀ ਕਿੱਦਾਂ ਫਾਰਮਿੰਗ ਹੁੰਦੀ ਹੈ, ਕਿੱਦਾਂ ਖੇਤ ਹੁੰਦੇ ਆ। ਅਤੇ ਨਿਆਣਿਆਂ ਨੂੰ ਵੀ ਪਤਾ ਲੱਗਦਾ ਵੀ ਇੱਥੇ ਕਿੱਦਾਂ ਖੇਤ ਚੀਜ਼ਾਂ ਗਰੋ ਹੁੰਦੀਆਂ, ਕਿੱਦਾਂ ਆਪਣੇ ਖੇਤ ਹੁੰਦੇ ਆ। ਇੰਡੀਆ ਤਾਂ ਆਪਾਂ ਨੂੰ ਪਤਾ ਹੁੰਦਾ ਹੀ ਸਾਰਾ। ਪੂਰਾ ਖੇਤ ਇਹਦਾ ਖਤਮ ਹੋ ਗਿਆ, ਹੁਣ ਉੱਥੇ ਆ ਕੇ ਉਹਨਾਂ ਨੇ ਆ ਟੈਂਟ ਵਗੈਰਾ ਸਾਰੇ ਬੱਚੇ ਨੇ ਗੇਮਾਂ ਲਾਈਆਂ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਸਾਡੇ ਚੈਨਲ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਥੈਂਕ ਯੂ, ਐਂਡ ਥੈਂਕ ਯੂ ਫੋਰ ਵਾਚਿੰਗ।